ਹਾਂਜੀ ਸਤਿ ਸ਼੍ਰੀ ਅਕਾਲ ਜੀ, ਲਾਹੌਰੀ ਰਿਕਾਰਡਸ ਚੈਨਲ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਦੋਸਤੋ, ਜਿੱਦਾਂ ਕਿ ਤੁਸੀਂ ਜਾਣਦੇ ਹੋ ਕਿ ਧਰਮਪ੍ਰੀਤ ਉਰਫ ਮੁੱਖ ਮੰਤਰੀ ਧਮਕ ਬੇਸ ਨੇ ਕੁਛ ਦਿਨ ਪਹਿਲਾਂ ਇੱਕ ਪੁਲ ਦੇ ਨੀਚੇ ਛੱਲੀਆਂ ਵੇਚਣ ਵਾਲੇ ਬਜ਼ੁਰਗ ਦਾ ਮਜ਼ਾਕ ਉਡਾਇਆ ਸੀ ਅਤੇ ਉਹਨਾਂ ਦੀ ਨਕਲ ਕੀਤੀ ਸੀ, ਅਤੇ ਬਾਅਦ ਵਿੱਚ ਉਸ ਬਜ਼ੁਰਗ ਦੀ ਫੈਮਿਲੀ ਵੱਲੋਂ ਮੁੱਖ ਮੰਤਰੀ ਨੂੰ ਰਿਪਲਾਈ ਵੀ ਕੀਤਾ ਗਿਆ ਸੀ, ਅਤੇ ਬਾਅਦ ਵਿੱਚ ਮੰਤਰੀ ਨੇ ਵੀਡੀਓ ਪੋਸਟ ਕਰਕੇ ਮਾਫ਼ੀ ਵੀ ਮੰਗ ਲਈ ਸੀ ਅਤੇ ਕਿਹਾ ਸੀ ਕਿ ਉਹ ਅੱਗੇ ਤੋਂ ਇਸ ਤਰ੍ਹਾਂ ਦੀਆਂ ਵੀਡੀਓ ਨਹੀਂ ਪਾਇਆ ਕਰੇਗਾ। ਦੋਸਤੋ, ਪਰ ਮਾਮਲਾ ਅਜੇ ਵੀ ਸ਼ਾਂਤ ਨਹੀਂ ਹੋਇਆ। ਮੁੱਖ ਮੰਤਰੀ ਉਰਫ ਧਰਮਪ੍ਰੀਤ ਦੇ ਮਾਫ਼ੀ ਮੰਗਣ ਤੋਂ ਬਾਅਦ ਵੀ ਉਹ ਛੱਲੀਆਂ ਵੇਚਣ ਵਾਲੇ ਬਜ਼ੁਰਗ ਦੀ ਬੇਟੀ ਦਾ ਕੀ ਕਹਿਣਾ ਹੈ ਤੁਹਾਨੂੰ ਅਸੀਂ ਵੀਡੀਓ 'ਚ ਦਿਖਾਵਾਂਗੇ। ਵੀਡੀਓ ਦੇਖਣ ਤੋਂ ਬਾਅਦ ਤੁਸੀਂ ਸਾਰਿਆਂ ਨੇ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਸੀਂ ਇਸ ਬੱਚੀ ਨਾਲ ਸਹਿਮਤ ਹੋ ਜਾਂ ਫਿਰ ਨਹੀਂ, ਭਾਵ ਕਿ ਬੱਚੀ ਸਹੀ ਬੋਲ ਰਹੀ ਹੈ ਜਾਂ ਫਿਰ ਗਲਤ। ਹੋਰ ਵੀਡੀਓ ਦੇਖਦੇ ਰਹਿਣ ਲਈ ਲਾਹੌਰੀ ਰਿਕਾਰਡਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਇਸ ਵੀਡੀਓ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਜ਼ਰੂਰ ਕਰਿਓ। ਆਹ ਹੁਣ ਤੁਹਾਨੂੰ ਦਿਖਾਉਂਦੇ ਹਾਂ ਵੀਡੀਓ। ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸਲਾਮ ਅਦਾਬ ਮੇਰੇ ਵੱਲੋਂ, ਯਾਨੀ ਕਿ ਸੂਫੀ ਸਿੰਗਰ ਅਲਕਾ ਵੱਲੋਂ। ਸੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਕਿ ਕੁਛ ਦਿਨਾਂ ਤੋਂ ਬੜੀ ਵਾਇਰਲਿੰਗ ਹੋ ਰਹੀ ਹੈ ਵੀਡੀਓਜ਼ ਦੀ, ਜਿਹਦੇ ਵਿੱਚ ਮੁੱਖ ਮੰਤਰੀ ਵੱਲੋਂ ਮੇਰੇ ਪਾਪਾ ਬਾਰੇ ਗਲਤ ਸ਼ਬਦ ਬੋਲੇ ਗਏ ਨੇ ਅਤੇ ਉਹ ਬੁਲਵਾਏ ਗਏ ਆ ਰਣਵੀਰ ਬਾਠ ਭਾਅ ਜੀ ਵੱਲੋਂ, ਅਤੇ ਸੋਨੀ ਮਾਨ ਜੀ ਦੀ ਆਈ ਡੀ ਤੋਂ ਅਪਲੋਡ ਹੋਈ ਹੈ ਉਹ ਵੀਡੀਓ। ਅਤੇ ਮੈਂ ਇਹੀ ਕਹਿਣਾ ਚਾਹਾਂਗੀ ਕਿ ਉਹ ਸਾਰੇ ਕਹਿ ਰਹੇ ਆ ਕਿ ਅਸੀਂ ਮਾਫ਼ੀ ਮੰਗਵਾ ਦਿੱਤੀ ਹੈ, ਅਤੇ ਕੱਲ੍ਹ ਪਰਸੋਂ ਦੀ ਵੀਡੀਓ ਆ ਰਹੀ ਹੈ ਮਾਫ਼ੀ ਵਾਲੀ ਵੀ, ਅਤੇ ਉਹਦੇ ਵਿੱਚ ਕੋਈ ਮਾਫ਼ੀ ਨਾਮ ਦਾ ਸ਼ਬਦ ਨਹੀਂ ਹੈ, ਕਿਉਂਕਿ ਉਹਨੇ ਕਿਹਾ ਕਿ ਜੇ ਵੀਡੀਓ ਕਿਸੇ ਨੂੰ ਬੁਰੀ ਲੱਗੀ ਹੋਵੇ ਤਾਂ ਮੈਂ ਮਾਫ਼ੀ ਮੰਗਦਾ। ਅਤੇ ਮੈਂ ਇਹੀ ਚਾਹੁੰਦੀ ਹਾਂ ਕਿ ਰਣਵੀਰ ਬਾਠ ਭਾਅ ਜੀ ਅਤੇ ਸੋਨੀ ਮਾਨ ਜੀ ਅਤੇ ਮੁੱਖ ਮੰਤਰੀ ਤਿੰਨੇ ਆਉਣ ਅਤੇ ਪਾਪਾ ਕੋਲੋਂ ਆਣ ਕੇ ਮਾਫ਼ੀ ਮੰਗਣ, ਕਿਉਂਕਿ ਮੈਂ ਬੜਾ ਧੰਨਵਾਦ ਕਰਦੀ ਤੁਹਾਡਾ ਵੀ ਸਾਰਿਆਂ ਦਾ, ਤੁਸੀਂ ਸਾਰਿਆਂ ਨੇ ਬੜੀ ਸਪੋਰਟ ਕੀਤੀ ਹੈ ਸਾਡੀ, ਬੜਾ ਸਾਥ ਦਿੱਤਾ ਹੈ।